ਅਸੀਂ ਖੜੇ ਹਾਂ ਕੋਟਕਪੁਰਾ ਤੋਂ 5 ਕਿਲੋਮੀਟਰ ਦੂਰੀ ਤੇ ਪਿੰਡ ਢਿਲਵਾਂ ਦੇ ਗੁਰਦੁਆਰਾ ਗੋਦਾਵਰੀ ਸਾਹਿਬ ਵਿਖੇ। ਗੋਦਾਵਰੀ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਤੋਂ ਹੁੰਦਿਆਂ ਹੋਇਆਂ ਬਾਅਦ ਦੇ ਵਿੱਚ ਕੋਟਕਪੁਰਾ ਤੇ ਫਿਰ ਇਸ ਸਥਾਨ ਤੇ ਪਹੁੰਚੇ ਸਨ। ਕੀ ਇੱਥੋਂ ਦਾ ਇਤਿਹਾਸ ਹੈ? ਸਾਡੇ ਨਾਲ ਇੱਥੋਂ ਦੇ ਮੁੱਖ ਗ੍ਰੰਥੀ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ ਪਾਵਨ ਪਵਿੱਤਰ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੀਗੇ। ਪਿੰਡ ਢਿਲਵਾਂ ਦੇ ਵਿੱਚ ਦੋ ਅਸਥਾਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸੰਬੰਧ ਰੱਖਣ ਵਾਲੇ। ਇਸ ਅਸਥਾਨ ਦਾ, ਗੋਦਾਵਰੀ ਸਾਹਿਬ ਦਾ ਕੀ ਇਤਿਹਾਸ ਹੈ? ਗੋਦਾਵਰੀ ਸਾਹਿਬ ਇੱਥੇ ਪਾਤਸ਼ਾਹੀ ਦਸਵੀਂ ਆਏ ਸਨ ਕੋਟਕਪੁਰੇ ਤੋਂ। ਕੋਟਕਪੁਰੇ ਤੋਂ ਕਿਲ੍ਹਾ ਮੰਗਿਆ ਸੀ, ਉਹਨਾਂ ਨੇ ਕਿਲ੍ਹਾ ਨਹੀਂ ਦਿੱਤਾ। ਉੱਥੋਂ ਫਿਰ ਹੁੰਦੇ ਹੋਏ ਗੁਰੂ ਸਾਹਿਬ ਅਤੇ ਢਿਲਵਾਂ ਕਿਲ੍ਹਾ ਗੁਰਦੁਆਰਾ ਸਾਹਿਬ ਇੱਥੇ ਛੱਪੜੀ ਸੀ, ਜੰਗਲ ਸੀ ਘਣਾ, ਜਿੱਥੇ ਆਣ ਕੇ ਬੈਠੇ। ਬੇਰੀ ਸਾਹਿਬ ਹੈਗੀ ਹੈ ਜਿੱਥੇ ਕਿ ਗੁਰੂ ਸਾਹਿਬ ਨੇ ਆਸਣ ਲਾਇਆ। ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਸੋਢੇ ਕੌਲ ਆਣ ਕੇ ਇੱਥੇ ਮਿਲੇ। ਉਹਨਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਨੀਲ ਵਸਤਰ ਆਪਣੇ ਜਿਹੜੇ ਉਤਾਰੋ ਅਤੇ ਅਸੀਂ ਤੁਹਾਨੂੰ ਚਿੱਟੇ ਵਸਤਰ ਪਹਿਨਾਉਣੇ ਆ। ਅਤੇ ਉਹਨਾਂ ਨੇ ਨੀਲ ਵਸਤਰ ਉਤਾਰੇ ਅਤੇ ਚਿੱਟੇ ਬਈ ਚਿੱਟੇ ਵਸਤਰ ਉਹਨਾਂ ਨੇ ਪਹਿਨੇ ਅਤੇ ਗੁਰੂ ਸਾਹਿਬ ਨੇ ਨੀਲ ਵਸਤਰ ਇੱਥੇ ਅਗਨ ਭੇਟ ਕੀਤੇ ਆ। ਉਹਨਾਂ ਦੇ ਵਿੱਚ ਇੱਕ ਫਰਲਾ ਬਚ ਗਿਆ ਅਤੇ ਉਹ ਮਹਾਂ ਸਿੰਘ ਨੂੰ ਦਿੱਤਾ ਗਿਆ। ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਅਸਥਾਨ ਹੈ ਉਸ ਜਗ੍ਹਾ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਚੋਲੇ ਦੇ ਲੀਰ ਲੀਰ ਕਰਕੇ ਕੱਪੜਾ ਸਾੜਿਆ ਸੀ ਜਿਹੜਾ ਗੁਰੂ ਸਾਹਿਬ ਨੇ ਮੀਰੀ ਪੀਰੀ ਦੇ ਉੱਚ ਦੇ ਪੀਰ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਪਹਿਨਿਆ ਹੋਇਆ ਸੀਗਾ। ਉਹ ਇੱਥੇ ਗੁਰੂ ਸਾਹਿਬ ਨੇ ਆਪਣਾ ਸਾੜਿਆ ਅਤੇ ਭਾਈ ਮਾਨ ਸਿੰਘ ਨੇ ਇਸ ਜਗ੍ਹਾ ਤੋਂ ਇੱਕ ਲੀਰ ਲਈ ਜਿਹੜੀ ਆਪਣੇ ਦਮਾਲੇ ਦੇ ਵਿੱਚ ਦਸਤਾਰ ਦੇ ਵਿੱਚ ਸਜਾਈ ਜਿੱਥੋਂ ਫਰਲਾ ਸ਼ੁਰੂ ਹੋਇਆ। ਨਿੱਘਾ ਸਿੰਘਾਂ ਦਾ ਫਰਲਾ ਸ਼ੁਰੂ ਹੋਇਆ। ਇੱਥੋਂ ਫਿਰ ਸੋਢੀ ਕੌਲ ਨੇ ਆਖਿਆ ਜੀ ਤੁਹਾਨੂੰ ਚੰਗਾ ਪਾਣੀ ਲਿਆਉਣ ਕੇ ਦਿੰਦੇ ਹਾਂ। ਅਤੇ ਗੁਰੂ ਸਾਹਿਬ ਨੇ ਕਿਹਾ ਜੀ ਇਹ ਤਾਂ ਗੋਦਾਵਰੀ ਸਰ ਹੈਗਾ ਅਤੇ ਇੱਥੇ ਵੀ ਪਾਣੀ ਬਹੁਤ ਪਵਿੱਤਰ ਹੈ, ਇੱਥੋਂ ਹੀ ਅਸੀਂ ਛਕਾਂ। ਜਿੱਥੇ ਗੋਦਾਵਰੀ ਸਰ ਤੁਸੀਂ ਕਹਿੰਦੇ ਹੋ ਜਿਸ ਬਾਰੇ ਗੁਰੂ ਸਾਹਿਬ ਨੇ ਕਿਹਾ ਉਹ ਜਗ੍ਹਾ ਹੈ, ਹੁਣ ਉੱਥੇ ਸਰੋਵਰ ਬਣਿਆ ਹੋਇਆ? ਸਰੋਵਰ ਉੱਥੇ ਬਣਿਆ ਜੀ। ਇਸ ਤੋਂ ਇਲਾਵਾ ਹੋਰ ਕੀ ਮਾਨਤਾ ਹੈ? ਕਦੋਂ ਕਦੋਂ ਇੱਥੇ ਸੰਗਤ ਇਕੱਠੀ ਹੁੰਦੀ ਹੈ? ਕਿਹੜੇ ਕਿਹੜੇ ਗੁਰਪੁਰਬ ਇੱਥੇ ਮਨਾਏ ਜਾਂਦੇ? ਗੁਰਪੁਰਬ ਦਸਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਅਤੇ ਮਾਘੀ ਅਤੇ ਵਿਸਾਖੀ ਤਾਂ ਬਹੁਤ ਜ਼ਿਆਦਾ ਭਾਰੀ ਲੱਗਦੀ ਹੈ। ਮਾਘੀ ਦਾ ਜੋੜ ਮੇਲਾ ਇੱਥੇ ਕਿੱਦਾਂ ਦਾ ਹੁੰਦਾ? ਬਹੁਤ ਵਧੀਆ ਹੁੰਦਾ ਜੀ, ਬਹੁਤ ਸੰਗਤ ਆਉਂਦੀ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ। ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ ਗੁਰਦੁਆਰਾ ਗੋਦਾਵਰੀ ਸਾਹਿਬ ਜੋ ਕਿ ਪਿੰਡ ਢਿਲਵਾਂ ਦੇ ਵਿੱਚ। ਇੱਕ ਵਾਰ ਤੁਹਾਨੂੰ ਫਿਰ ਤਸਵੀਰ ਦਿਖਾਉਂਦੇ ਹਾਂ, ਨਾਲ ਤੁਹਾਨੂੰ ਇਤਿਹਾਸ ਦੱਸਦੇ ਹਾਂ ਕਿ ਪਿੰਡ ਢਿਲਵਾਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਤਾਂ ਇਸ ਪਾਵਨ ਪਵਿੱਤਰ ਸਥਾਨ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਸਨ। ਤੁਸੀਂ ਤਸਵੀਰ ਦੇਖ ਰਹੇ ਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਦੇ ਵਿੱਚ ਇਹ ਸੁੰਦਰ ਇਮਾਰਤ ਇਸ ਪਾਵਨ ਪਵਿੱਤਰ ਸਥਾਨ 'ਤੇ ਸੁਬਾਈਮਾਨ ਹੈ। ਗੁਰੂ ਸਾਹਿਬ ਨੇ ਆਪਣਾ ਘੋੜਾ ਜਿਹੜਾ ਸੀ ਉਹ ਬੇਰੀ ਦੇ ਦਰਖਤ ਦੇ ਨਾਲ ਬੰਨ੍ਹ ਦਿੱਤਾ। ਫਿਰ ਪਾਣੀ ਦੀ ਢਾਬ ਵੇਖ ਕੇ ਗੁਰੂ ਸਾਹਿਬ ਨੇ ਜਿਹੜਾ ਸੀ ਉਹ ਪਾਣੀ ਛਕਣ ਦੇ ਲਈ ਇੱਥੇ ਬੈਠ ਗਏ। ਇੱਥੇ ਫਿਰ ਸੋਢੀ ਕੌਲ ਜੀ ਜਿਹੜੇ ਸੀ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਸ ਪਾਵਨ ਪਵਿੱਤਰ ਅਸਥਾਨ 'ਤੇ ਆ ਕੇ ਮਿਲੇ ਸਨ। ਸੋਢੀ ਕੌਲ ਜੀ ਦਾ ਜਿਹੜਾ ਪਰਿਵਾਰ ਹੈ ਅੱਗੇ ਜਿਹੜੀ ਅੰਸ਼ ਵੰਸ਼ ਹੈ ਉਹ ਵੀ ਢਿਲਵਾਂ ਕਲਾਂ ਦੇ ਵਿੱਚ ਰਹਿੰਦੀ। ਅਸੀਂ ਤੁਹਾਨੂੰ ਉਸ ਦੇ ਨਾਲ ਵੀ ਮਿਲਾਵਾਂਗੇ, ਗੱਲਬਾਤ ਕਰਾਂਗੇ, ਉਹਨਾਂ ਤੋਂ ਵੀ ਜਾਣਾਂਗੇ ਕਿ ਇਤਿਹਾਸ ਹੈ, ਕਿਉਂਕਿ ਸੋਢੀ ਕੌਲ ਜੀ ਦਾ ਜਿਹੜਾ ਪਰਿਵਾਰ ਹੈ ਉੱਥੇ ਇੱਕ ਗੁਰਦੁਆਰਾ ਛੋਟਾ ਬਣਿਆ ਹੋਇਆ ਜੋ ਕਿ ਬਸਤਰ ਸਾਹਿਬ ਦੇ ਨਾਮ ਤੋਂ ਪ੍ਰਸਿੱਧ ਹੈ। ਉਸ ਪਾਵਨ ਪਵਿੱਤਰ ਸਥਾਨ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਾਫੀ ਬਸਤਰ ਨੇ, ਨਿਸ਼ਾਨੀਆਂ ਨੇ, ਉਹ ਨਿਸ਼ਾਨੀਆਂ ਦੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ। ਹੁਣ ਚੱਲਦੇ ਹਾਂ ਪਿੰਡ ਢਿਲਵਾਂ ਦੇ ਵਿੱਚ ਦੂਸਰਾ ਗੁਰਦੁਆਰਾ, ਗੁਰਦੁਆਰਾ ਬਸਤਰ ਸਾਹਿਬ ਦੇ ਕੋਲ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਕਤਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਲੜੀ ਹੋਈ ਆਖਰੀ ਮੁਗਲਾਂ ਦੇ ਨਾਲ ਜੰਗ ਅਤੇ ਉਸ ਜੰਗ ਦੇ ਵਿੱਚ ਸ਼ਹੀਦ ਹੋਏ 40 ਮੁਕਤਿਆਂ ਦੀ ਯਾਦ ਦੇ ਵਿੱਚ ਹਰ ਸਾਲ ਵੱਡਾ ਜੋੜ ਮੇਲ ਜਿਹੜਾ ਹੈ ਉਹ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਅਸੀਂ ਕੋਟਕਪੁਰਾ ਤੋਂ ਕੁਝ ਦੂਰੀ 'ਤੇ ਪਹੁੰਚੇ ਹਾਂ ਪਿੰਡ ਢਿਲਵਾਂ। ਪਿੰਡ ਢਿਲਵਾਂ ਉਹ ਜਗ੍ਹਾ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨ ਪਾਏ ਸਨ।
इस अस्थान ते गुरु गोबिंद सिंह महाराज उस समय आए सन जदों चमकौर दी जंग हो चुकी सी। उस तों बाद माछीवाड़े दे जंगलां दे विच्चों हुंदिया होया धन गुरु गोबिंद सिंह महाराज कोटकपुरे तों कुछ ही दूरी ते पिंड ढिलवां दे विच पहुंचे। इस थां ते गुरु गोबिंद सिंह महाराज दीआं कुछ निशानियां पईआं ने, यादगारां पईआं ने। उह परिवार जिस परिवार दे कोल गुरु गोबिंद सिंह महाराज आके रुके, जिस परिवार ने सेवा कीती, ਸੋਢੀ ਕੌਲ ਜੀ ਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ। ਉਸ ਪਰਿਵਾਰ ਦੇ ਵਿੱਚੋਂ ਅੱਗੇ ਜਿਹੜੀ ਪੀੜ੍ਹੀ ਚੱਲ ਰਹੀ ਹੈ ਅਸੀਂ ਉਸ ਦੇ ਨਾਲ ਵੀ ਗੱਲਬਾਤ ਕਰਾਂਗੇ। ਤੁਹਾਨੂੰ ਇੱਕ ਵਾਰ ਤਸਵੀਰ ਦਿਖਾਉਂਦੇ ਹਾਂ। ਇਹ ਛੋਟਾ ਜਿਹਾ ਗੁਰਦੁਆਰਾ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਬਣਿਆ ਹੋਇਆ ਹੈ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਦੇ ਵਿੱਚ ਹੈ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੀ ਕੁਝ ਪੁਰਾਤਨ ਬਸਤਰ ਇੱਥੇ ਮੌਜੂਦ ਨੇ। ਇਹ ਜਿਹੜਾ ਪਰਿਵਾਰ ਤੁਸੀਂ ਦੇਖ ਰਹੇ ਹੋ ਇਹ ਸੋਢੀ ਕੁੱਲ ਦੇ ਵਿੱਚੋਂ ਪਰਿਵਾਰ ਹੈ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋਢੀ ਕੌਲ ਜੀ ਨੇ ਸੇਵਾ ਕੀਤੀ ਸੀ, ਉਹਨਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਇਹ ਪਰਿਵਾਰ ਅੱਗੇ ਚੱਲਿਆ ਆ ਰਿਹਾ ਹੈ। ਢਿਲਵਾਂ ਕਲਾਂ ਦੇ ਵਿੱਚ ਅਸੀਂ ਬੈਠੇ ਹੋਏ ਹਾਂ। ਬਾਬਾ ਜੀ, ਤੁਹਾਡਾ ਨਾਮ ਕੀ ਹੈ? ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੋ, ਮੁੱਖ ਸੇਵਾਦਾਰ ਹੋ। ਥੋੜ੍ਹਾ ਜਿਹਾ ਇਹ ਦੱਸੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੋਂ ਇਸ ਪਿੰਡ ਦੇ ਵਿੱਚ ਆਏ ਸੀ? ਦਾਸ ਦਾ ਨਾਮ ਕੁਲਵੰਤ ਸਿੰਘ, ਸੇਵਾਦਾਰ ਗ੍ਰੰਥੀ ਸਿੰਘ ਦੇ ਤੌਰ 'ਤੇ ਇਸ ਅਸਥਾਨ 'ਤੇ ਸੇਵਾ ਨਿਭਾ ਰਹੇ ਹਾਂ ਜੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਕਪੂਰੇ ਚੌਧਰੀ ਕੋਲ ਆਏ, ਉੱਥੇ ਕਪੂਰੇ ਚੌਧਰੀ ਤੋਂ ਜਗ੍ਹਾ ਮੰਗੀ ਪਰ ਉਹਨਾਂ ਨੇ ਨਾ ਕਰਤੀ। ਅਤੇ 1704 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਨਗਰ ਦੇ ਵਿੱਚ ਆਏ, ਢਿਲਵਾਂ ਕਲਾਂ, ਜੋ ਕਿ ਇੱਥੇ ਬਾਬਾ ਸੋਢੀ ਕੌਲ ਜੀ ਦੇ ਪਾਸ ਪਹੁੰਚੇ। ਅਤੇ ਬਾਬਾ ਸੋਢੀ ਕੌਲ ਜੀ ਨੇ ਫਿਰ ਬੇਅੰਤ ਗੁਰੂ ਪਾਤਸ਼ਾਹ ਦੀ ਸੇਵਾ ਕੀਤੀ ਔਰ ਗੁਰੂ ਪਾਤਸ਼ਾਹ ਇਸ ਅਸਥਾਨ 'ਤੇ 4 ਦਿਨ ਇਤਿਹਾਸ ਦੇ ਮੁਤਾਬਕ ਰਹੇ ਨੇ। ਔਰ ਬਾਬਾ ਸੋਢੀ ਕੌਲ ਜੀ ਜੋ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਸ ਵੰਸ਼ ਵਿੱਚੋਂ ਸਨ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੜਪੋਤੇ ਸਨ, ਇਸੇ ਤਰ੍ਹਾਂ ਹੀ ਬਾਬਾ ਸੋਢੀ ਕੌਲ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾਤਾ ਬਾਬਾ ਪਿਰਥੀ ਚੰਦ ਜੀ ਦੇ ਪੜਪੋਤੇ ਲੱਗਦੇ ਸਨ। ਇਸ ਤਰ੍ਹਾਂ ਦੁਨਿਆਵੀ ਰਿਸ਼ਤਾ ਜਿਹੜਾ ਸੀ ਗੁਰੂ ਸਾਹਿਬ ਦਾ, ਉਹ ਭਰਾਵਾਂ ਵਾਲਾ ਸੀ ਬਾਬਾ ਸੋਢੀ ਕੌਲ ਜੀ ਨਾਲ। ਸੋ ਇਸ ਅਸਥਾਨ 'ਤੇ ਪਹੁੰਚ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੰਘਾਂ ਸਮੇਤ ਆਪਦਾ ਡੇਰਾ ਲਾਇਆ ਅਤੇ ਬਾਬਾ ਸੋਢੀ ਕੌਲ ਜੀ ਨੂੰ ਪਤਾ ਲੱਗਿਆ, ਫਿਰ ਬਾਬਾ ਸੋਢੀ ਕੌਲ ਜੀ ਨੇ ਬੇਅੰਤ ਸੇਵਾ ਕੀਤੀ। ਗੁਰੂ ਸਾਹਿਬ ਦੇ ਵਾਸਤੇ ਲੰਗਰ ਪਾਣੀ ਵੀ ਤਿਆਰ ਕਰਕੇ ਖੜਿਆ ਪਰ ਬਾਬਾ ਸੋਢੀ ਕੌਲ ਜੀ ਦਾ ਲੰਗਰ ਪਾਣੀ ਛਕਣ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਨਕਾਰ ਕਰ ਦਿੱਤਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸਾਨੂੰ ਵੱਡਿਆਂ ਦਾ ਹੁਕਮ ਹੈ ਕਿ ਜਿਹੜੇ ਪੰਥ ਵਿੱਚੋਂ ਛੇਕੇ ਹਨ ਉਹਨਾਂ ਨੂੰ ਅਸੀਂ ਉਹਨਾਂ ਦਾ ਲੰਗਰ ਪਾਣੀ ਨਹੀਂ ਛਕ ਸਕਦੇ। ਇਸ ਵਾਸਤੇ ਬਾਬਾ ਸੋਢੀ ਕੌਲ ਜੀ ਨੇ ਕਿਹਾ ਕਿ ਅਸੀਂ ਆਪ ਜੀ ਦੀ ਸੇਵਾ ਕਰਨੀ ਚਾਹੁੰਦੇ ਹਾਂ। ਅਤੇ ਗੁਰੂ ਪਾਤਸ਼ਾਹ ਨੇ ਕਿਹਾ ਵੀ ਫਿਰ ਤੁਹਾਨੂੰ ਅੰਮ੍ਰਿਤ ਪਾਨ ਕਰਕੇ ਪੰਥ ਦੇ ਵਿੱਚ ਸ਼ਾਮਿਲ ਹੋਣਾ ਪਵੇਗਾ। ਫਿਰ ਉਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਸੋਢੀ ਕੌਲ ਜੀ ਨੂੰ ਅੰਮ੍ਰਿਤ ਪਾਨ ਕਰਵਾਇਆ ਪਰਿਵਾਰ ਸਮੇਤ। ਫਿਰ ਬਾਬਾ ਸੋਢੀ ਕੌਲ ਜੀ ਨੇ ਬੜੇ ਹੀ ਪਿਆਰ ਨਾਲ, ਸਤਿਕਾਰ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਕੀਤੀ ਲੰਗਰ ਪਾਣੀ ਦੀ। ਲੰਗਰ ਪਾਣੀ ਦੀ ਸੇਵਾ ਤੋਂ ਇਲਾਵਾ ਹੋਰ ਬਾਬਾ ਸੋਢੀ ਕੌਲ ਜੀ ਜਿਹੜੇ ਸੀ ਉਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਨਿਭਾਈਆਂ? ਨਾਲ ਨਾਲ ਇਹ ਵੀ ਦੱਸੋ, ਇਹ ਜਿਹੜਾ ਪਿੰਡ ਢਿਲਵਾਂ ਕਲਾਂ ਹੈ ਕੋਟਕਪੁਰਾ ਤੋਂ ਕੁਝ ਕੁ ਦੂਰੀ 'ਤੇ ਹੈ, ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕਿੰਨੀਆਂ ਯਾਦਗਾਰਾਂ ਨੇ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਸ ਅਸਥਾਨ 'ਤੇ ਪਈਆਂ? ਇਸ ਪਾਵਨ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਚੋਲੇ ਹਨ ਜੀ, 2 ਕਢਾਈ ਵਾਲੇ ਅਤੇ 2 ਸਿੰਪਲ। 4 ਦਸਤਾਰਾਂ ਹਨ, 2 ਛੋਟੀਆਂ, 2 ਵੱਡੀਆਂ, 1 ਜਰਾਬਾਂ ਦਾ ਜੋੜਾ ਔਰ 2 ਕਟਾਰਾਂ, 1 ਗਰਮ ਫਰਗਲ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਥੇ ਵਸਤਰ ਹਨ ਜੀ। ਅੱਗੇ ਅਸੀਂ ਪਰਿਵਾਰ ਹੈ ਜਿਹੜਾ ਸੋਢੀ ਪਰਿਵਾਰ ਹੈ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਵੀਰ ਜੀ ਨੂੰ ਕਹਾਂਗਾ ਤੁਸੀਂ ਥੋੜ੍ਹਾ ਜਿਹਾ ਸਾਈਡ 'ਤੇ ਹੋਵੋ ਤਾਂ ਕਿ ਗੱਲਬਾਤ ਕਰ ਸਕੀਏ। ਤੁਹਾਡਾ ਨਾਮ ਕੀ ਹੈ ਜੀ? ਤੁਸੀਂ ਕੀ ਦੱਸਣਾ ਚਾਹੋਗੇ ਇੱਥੋਂ ਦੀ ਹਿਸਟਰੀ ਬਾਰੇ? ਕੀ ਤੁਹਾਨੂੰ ਯਾਦ ਹੈ, ਕੀ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪਿੰਡ ਦੇ ਵਿੱਚ ਆਏ, ਇੱਥੇ ਠਹਿਰੇ, ਇੱਥੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ? ਕਿਹਾ ਜਾਂਦਾ ਕਿ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਆਪਣੇ ਬਸਤਰ ਵੀ ਚੇਂਜ ਕੀਤੇ ਸਨ। ਬਸਤਰ ਵੀ ਜਿਹੜੇ ਸੀ ਉਹ ਪੁਰਾਣਾ ਚੋਲਾ ਜਿਹੜਾ ਨੀਲਾ ਚੋਲਾ ਸੀਗਾ, ਉੱਚ ਦੇ ਪੀਰ ਬਣ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਲੇ ਸਨ ਉਸ ਸਮੇਂ ਉਹਨਾਂ ਨੇ ਪਹਿਨਿਆ ਸੀ। ਕਹਿੰਦੇ ਨੇ ਉਹ ਜਿਹੜਾ ਚੋਲਾ ਹੈ ਉਹ ਇਸ ਧਰਤੀ 'ਤੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੀਰ ਲੀਰ ਕਰਕੇ ਜਿਹੜਾ ਹੈ ਉਹ ਅਗਨ ਭੇਟ ਕਰ ਦਿੱਤਾ ਸੀ। ਜਦੋਂ ਪਰਿਵਾਰ ਸਾਰਾ ਵਿਛੜ ਗਿਆ ਅਤੇ ਕੋਟਕਪੂਰੇ ਹੋ ਕੇ ਜਦੋਂ ਗੁਰਬਿੰਦ ਸਿੰਘ ਜੀ ਇੱਥੇ ਆਏ, ਵੱਡਾ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣੇ ਉੱਥੇ, ਤਾਂ ਆ ਕੇ ਬੇਰੀ ਨਾਲ ਉਹਨਾਂ ਨੇ ਘੋੜਾ ਬੰਨਿਆ ਅਤੇ ਬਾਬਾ ਜੀ ਨੂੰ ਪਤਾ ਲੱਗਿਆ ਅਤੇ ਉਹ ਫਿਰ ਉੱਥੇ ਗਏ।
ਅਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਪੂਰੀ ਸੇਵਾ ਕੀਤੀ ਤਾਂ ਬਖਸ਼ਿਸ਼ ਦੇ ਵਿੱਚ ਉਹਨਾਂ ਨੇ ਇਹ ਵਸਤਰ ਜਿਹੜੇ ਹੈਗੇ ਆ ਸਾਨੂੰ ਭੇਟ ਕੀਤੇ ਇੱਥੇ ਸੋਢੀ ਕਾਲਜ ਨੂੰ। ਤਾਂ ਇਹ ਪੀੜ੍ਹੀ ਦਰ ਪੀੜ੍ਹੀ ਜਿਹੜੇ ਹੈਗੇ ਆ, ਕਿਉਂਕਿ ਸਮੇਂ ਦੇ ਹਿਸਾਬ ਨਾਲ ਬਹੁਤ ਸਾਰੀਆਂ ਚੇਂਜਸ ਆਉਂਦੀਆਂ ਰਹਿੰਦੀਆਂ। ਪਹਿਲਾਂ ਇਹ ਵਸਤਰ ਜਿਹੜੇ ਇੱਕ ਕਮਰੇ ਦੇ ਵਿੱਚ ਟਰੰਕਾਂ ਦੇ ਵਿੱਚ ਬੰਦ ਹੁੰਦੇ ਸੀ, ਤਾਂ ਜਿਵੇਂ ਜਿਵੇਂ ਸਮੇਂ ਦੀ ਤਬਦੀਲੀ ਆਈ ਜਨਰੇਸ਼ਨ ਦੇ ਵਿੱਚ, ਹੁਣ ਜਿਸ ਤਰ੍ਹਾਂ ਸਿੱਖਇਜ਼ਮ ਦਾ ਕਾਫੀ ਪ੍ਰਚਾਰ ਹੋਇਆ ਹੈਗਾ, ਵਿਦੇਸ਼ਾਂ ਦੇ ਵਿੱਚ ਵੀ ਕਾਫੀ ਜਿਹੜੀ ਆ ਪਾਪੂਲੇਸ਼ਨ ਆਪਣੀ ਇਨਕਰੀਜ਼ ਹੋਈ ਹੈ, ਤਾਂ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਇੱਕ ਨਵੀਂ ਜਿਹੜੀ ਹੈਗੀ ਆ ਸੇਵਾ ਸੰਭਾਲ ਦੇ ਤੌਰ 'ਤੇ ਅਸੀਂ ਇੱਥੇ ਪਾਲਕੀ ਸਾਹਿਬ ਸ਼ੋਭਤ ਕੀਤੀ ਆ, ਵੱਡਾ ਹਾਲ ਅਸੀਂ ਕ੍ਰੀਏਟ ਕੀਤਾ ਸਾਰੇ ਪਰਿਵਾਰਾਂ ਅਤੇ ਸੰਗਤ ਦੇ ਸਹਿਯੋਗ ਦੇ ਨਾਲ। ਹਰ ਜਿਹੜੇ ਹੈਗੇ ਆ ਇੱਥੇ ਅਸੀਂ ਜਿੰਨੇ ਵੀ ਫੰਕਸ਼ਨਸ ਹੁੰਦੇ ਆ, ਜਿੰਨੇ ਗੁਰਪੁਰਬ ਹੈ, ਗੁਰੂ ਰਾਮਦਾਸ ਜੀ ਦਾ, ਗੁਰੂ ਨਾਨਕ ਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਦਾ ਅਸੀਂ ਸੈਲੀਬ੍ਰੇਟ ਕਰਦੇ ਹਾਂ। ਅੱਜ ਵੀ ਹੁਣ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਆ ਇੱਥੇ, ਮਾਘੀ ਅਸੀਂ ਜਿਹੜੀ ਹੈਗਾ 40 ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ। ਤਾਂ ਸਾਰੇ ਜਿਹੜੇ ਪਰਿਵਾਰ ਇੱਥੇ ਰਲ ਮਿਲ ਕੇ ਤੁਸੀਂ ਦੇਖ ਦਿਓ ਸੇਵਾ ਕਰਦੇ ਆ, ਲੰਗਰ ਵਗੈਰਾ ਪੱਕਦੇ ਆ ਸਾਰਾ ਕੁਛ। ਇੱਕ ਸਵਾਲ ਹੋਰ ਹੈ, ਇੱਥੇ ਸੋਢੀ ਕੁਲ ਦੇ ਵਿੱਚੋਂ ਕਿੰਨੇ ਕੁ ਪਰਿਵਾਰ ਨੇ ਹੁਣ ਇਸ ਪਿੰਡ ਦੇ ਵਿੱਚ ਜਿਨ੍ਹਾਂ ਦਾ ਸੰਬੰਧ ਗੁਰੂ ਕੁਲ ਦੇ ਨਾਲ ਜਾ ਕੇ ਜੁੜਦਾ ਹੈ? ਵੈਸੇ ਤਾਂ ਦੇਖੋ ਜੇ ਟ੍ਰੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਓਵਰਆਲ ਹੁਣ ਇੱਥੇ ਸਾਡੇ 6 ਕੁ ਪਰਿਵਾਰ ਜਿਹੜੇ ਹੈਗੇ ਆ ਰਹਿੰਦੇ, ਕੁਛ ਵਿਦੇਸ਼ਾਂ ਦੇ ਵਿੱਚ ਚਲੇ ਗਏ ਆ, ਕੁਛ ਇੱਥੋਂ ਛੱਡ ਕੇ ਦਿੱਲੀ ਸੈਟਲ ਹੋ ਗਏ ਆ। ਤਾਂ ਹੁਣ ਐਟ ਏ ਟਾਈਮ ਜਿਹੜੇ ਆ 5-6 ਫੈਮਿਲੀਜ਼ ਜਿਹੜੀਆਂ ਇੱਥੇ ਮੇਨ ਹੈਗੀਆਂ, ਜਿਹੜੀਆਂ ਸੇਵਾ ਕਰਦੀਆਂ ਸਾਰਾ ਓਵਰਆਲ, ਮਤਲਬ ਇੱਕ ਕਮੇਟੀ ਟਾਈਪ ਕਹਿੰਦੇ, ਲੋਕਲ ਕਮੇਟੀ ਅਸੀਂ ਬਣਾਈ ਹੋਈ ਹੈ ਜਿਹੜੇ ਸਾਰੇ। ਪਰ ਇਹਦਾ ਕੋਈ ਵੀ ਜਿਹੜਾ ਹੈਗਾ ਅਸੀਂ ਉਵੇਂ ਪ੍ਰਧਾਨ ਵਗੈਰਾ ਕੁਛ ਨਹੀਂ ਚੁਣਿਆ, ਸਾਰੇ ਸੈਲਫ ਇਹਦੀ ਇੱਕ ਪਰਮਾਤਮਾ ਦਾ ਨਾਮ ਸਿਮਰਨ ਦਾ ਲੈ ਕੇ, ਮਤਲਬ ਉਟਾਸਰਾ ਲੈ ਕੇ ਜਿਹੜੇ ਹੈਗੇ ਸੇਵਾ ਕਰਦੇ ਆ। ਅਤੇ ਕਿਸੇ ਤਰ੍ਹਾਂ ਦਾ ਕੋਈ ਵੀ ਜੋ ਵੀ ਗੋਲਕ ਦੀ ਸੇਵਾ ਹੈਗੀ ਉਹ ਮਤਲਬ ਮਨੀ ਮੋਟਿਵ ਨਹੀਂ ਹੈ ਓਵਰਆਲ ਇਹਦਾ। ਸਾਡਾ ਮੋਟਿਵ ਹੈਗਾ ਵੀ ਵੱਧ ਤੋਂ ਵੱਧ ਸੰਗਤ ਇਹਦੇ ਨਾਲ ਜੁੜੇ, ਜੋ ਇਹ ਨਿਸ਼ਾਨੀਆਂ ਸਾਡੇ ਕੋਲ ਪਈਆਂ, ਅਸੀਂ ਇਹਨਾਂ ਨੂੰ ਪ੍ਰਚਾਰ ਜਿਹੜਾ ਹੈਗਾ ਵਿਸ਼ਵ ਪੱਧਰ 'ਤੇ ਜਿਹੜਾ ਹੈਗਾ ਇਹਦਾ ਕਰ ਸਕੀਏ, ਸੰਗਤ ਦੇ ਦਰਸ਼ਨ ਕਰ ਸਕੀਏ। ਪਿੰਡ ਢਿਲਵਾਂ ਕਲਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸੰਬੰਧ ਰੱਖਣ ਵਾਲੇ 2 ਗੁਰਧਾਮ ਨੇ। ਇੱਕ ਗੁਰਧਾਮ ਤੁਸੀਂ ਪਿੱਛੇ ਦੇਖ ਸਕਦੇ ਹੋ, ਭਾਵੇਂ ਕਿ ਬਿਲਡਿੰਗ ਬਹੁਤ ਵੱਡੀ ਨਹੀਂ ਬਣੀ ਹੋਈ, ਹਾਲਾਂਕਿ ਇੱਥੇ ਕੁਝ ਜਗ੍ਹਾ ਇਹਨਾਂ ਦੇ ਵੱਲੋਂ ਜਿਹੜੀ ਹੈ ਉਹ ਲਈ ਗਈ ਹੈ। ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਆਲੇ ਦੁਆਲੇ ਜਿਹੜਾ ਹੈ ਉਹ ਕੈਮਰੇ ਦੀ ਅੱਖ ਦੇ ਨਾਲ ਸੰਗਤਾਂ ਨੂੰ ਇਸ ਪਾਵਨ ਪਵਿੱਤਰ ਜਗ੍ਹਾ ਦੇ ਦਰਸ਼ਨ ਕਰਾਉਣ। ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਜਗ੍ਹਾ ਹੈ ਇਹ ਇਸ ਗੁਰਦੁਆਰੇ ਦੇ ਵਾਸਤੇ ਜਿਹੜੀ ਹੈ ਉਹ ਪਰਿਵਾਰ ਦੇ ਵੱਲੋਂ ਲਈ ਗਈ ਹੈ, ਅਤੇ ਸੰਗਤ ਜਿਹੜੀ ਹੈ ਇੱਥੇ ਪਹੁੰਚਦੀ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ, ਦਰਸ਼ਨ ਦੀਦਾਰੇ ਕਰਦੀ ਹੈ। ਇਸ ਤੋਂ ਇਲਾਵਾ ਜਿਸ ਜਗ੍ਹਾ 'ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕੇ ਠਹਿਰੇ ਸਨ ਉਸ ਪਾਵਨ ਪਵਿੱਤਰ ਸਥਾਨ 'ਤੇ ਵੱਡਾ ਗੁਰਧਾਮ ਬਣਿਆ ਹੋਇਆ, ਬਹੁਤ ਸੁੰਦਰ ਇਮਾਰਤ ਹੈ ਜਿਸ ਦੇ ਸ਼ੋਟਸ ਜਿਹੜੇ ਅਸੀਂ ਤੁਹਾਨੂੰ ਨਾਲ ਨਾਲ ਦਿਖਾ ਰਹੇ ਹਾਂ। ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਹਰ ਸਾਲ ਨਤਮਸਤਕ ਹੋਣ ਪਹੁੰਚਦੀ ਹੈ। ਵਿਸ਼ੇਸ਼ ਕਰਕੇ ਮਾਘੀ ਜੋੜ ਮੇਲ ਜਦੋਂ ਵੀ ਮਨਾਇਆ ਜਾਂਦਾ ਉਸ ਸਮੇਂ ਸੰਗਤਾਂ ਵਿਸ਼ੇਸ਼ ਤੌਰ 'ਤੇ ਇਹਨਾਂ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੀ।